ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਡੀਓ ਕਲਿੱਪ ਨੇ ਪੜਥੂ ਮਚਾ ਦਿੱਤਾ। ਆਡੀਓ ਕਲਿੱਪ ਤੇ ਵਿਰੋਧੀ ਧਿਰਾਂ ਦੀ ਬਿਆਨਬਾਜ਼ੀ ਲਾਜ਼ਮੀ ਸੀ। ਇਸ ਦੇ ਨਾਲ ਹੀ ਲਾਜ਼ਮੀ ਸੀ ਕਿ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਆਡੀਓ ਕਲਿੱਪ ਅਤੇ ਭਗਵੰਤ ਮਾਨ ਨੂੰ ਆਪਣੇ ਨਿਸ਼ਾਨੇ ਤੇ ਲੈਣਾ। ਆਪ ਵਿਧਾਇਕ ਸੁਖਪਾਲ ਖਹਿਰਾ ਮੁਤਾਬਕ ਵਿਧਾਨ ਸਭਾ 'ਚ ਆਪ ਨੂੰ ਕਿਸੇ ਵਾਰੀ ਵਿਅਕਤੀ ਦੀ ਨਹੀਂ ਸੁਖਾ ਭਗਵੰਤ ਮਾਨ ਵਰਗੇ ਪਾਰਟੀ ਦੇ ਨੁਮਾਇੰਦਿਆਂ ਨੇ ਹੀ ਹਰਾਇਆ। ਆਡੀਓ ਕਲਿੱਪ ਮੈਂ ਵੀ ਹੁਣ ਐਕਚੁਅਲੀ ਸਾਰਾ ਨਹੀਂ ਸੁਣ ਸਕਿਆ, ਬਿਕੋਜ਼ ਮੈਂ ਸਵੇਰ ਦਾ ਬਿਜ਼ੀ ਹਾਂ। ਆਡੀਓ ਕਲਿੱਪ ਅਗਰ ਆਇਆ ਵਾ ਤਾਂ ਇਹਦੇ ਜਵਾਬ ਦੇ ਉਹਨਾਂ ਨੂੰ ਆਪ ਕਲੈਰੀਫਾਈ ਕਰਨਾ ਚਾਹੀਦਾ ਵੀ ਅਗਰ ਉਹਦੇ 'ਚ ਪਾਰਟੀ ਐਂਟੀ ਪਾਰਟੀ ਐਕਟੀਵਿਟੀ ਦੀ ਗੱਲ ਕਰ ਰਹੇ ਕਿ ਫੂਲਕੇ ਦਾ ਵਿਰੋਧ ਕਰਾ ਦਿਓ, ਅਗਰ ਇਹ ਗੱਲ ਸੱਚ ਆ ਤਾਂ ਫਿਰ ਬਹੁਤ ਮਾੜੀ ਗੱਲ। ਇਹਦਾ ਮਤਲਬ ਕਿ ਸਰਕਾਰ ਲੋਕਾਂ ਨੇ ਤਾਂ ਕੀ ਸਾਨੂੰ ਹਰਾਉਣਾ ਸੀ, ਸਾਨੂੰ ਹਰਾਉਣ ਵਾਲੇ ਤਾਂ ਆਪਾਂ ਵਿੱਚ ਹੀ ਬੈਠੇ ਸੀਗੇ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਆਉਣ ਵਾਲੇ ਦਿਨਾਂ 'ਚ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਵੀ ਆਖੀ, ਜਿਸ ਦਾ ਸਾਫ਼ ਸਾਫ਼ ਮਕਸਦ ਖਹਿਰਾ ਧੜੇ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨਾ ਵੀ ਮੰਨਿਆ ਜਾ ਰਿਹਾ ਹੈ। ਹੁਣ ਸਾਡਾ ਜਿਹੜਾ ਸਾਰਾ ਜਿਹਨੂੰ ਕਹਿੰਦੇ ਹੁੰਦੇ ਕਿ ਪੰਜਾਬੀ ਏਕਤਾ ਨੂੰ ਲੈ ਕੇ ਮਾਸ ਕੰਟੈਕਟ ਪ੍ਰੋਗਰਾਮ ਹੋਊਗਾ, 22 ਦੇ 22 ਜ਼ਿਲ੍ਹਿਆਂ 'ਚ ਅਸੀਂ ਜਾਵਾਂਗੇ। ਆਹੀ ਲੋਕਾਂ ਦੇ ਮਸਲੇ ਨੇ ਜਿਹੜੇ ਲਾਅ ਐਂਡ ਆਰਡਰ ਔਰ ਬੇਰੁਜ਼ਗਾਰੀ, ਨਸ਼ੇ, ਜੋ ਕਰੰਟ ਚੱਲ ਰਹੇ ਇਸ਼ੂਜ਼, ਇਹਨਾਂ 'ਤੇ ਚਰਚਾ ਕਰਾਂਗੇ। ਪਰ ਸਾਡੀ ਬੇਸਿਕਲੀ ਵਰਕਰਸ ਮੀਟਿੰਗ ਹੈ, 25 ਤਰੀਕ ਨੂੰ ਅਸੀਂ ਗੁਰਦਾਸਪੁਰ ਵਿਖੇ ਕਰਨ ਜਾ ਰਹੇ ਹਾਂ। ਛੋਟੇਪੁਰ ਸਾਹਿਬ ਸਾਡੇ ਰਿਸਪੈਕਟੇਬਲ ਨੇ, ਇਜ਼ ਅ ਵੈਰੀ ਆਨਰੇਬਲ, ਮੇਰੇ ਨਾਲ ਤਾਂ ਸਾਡੇ ਮੇਰੇ ਤਾਂ ਪਿਤਾ ਜੀ ਦੇ ਕੁਲੀਗ ਸੀ, ਹੁਣ ਵੀ ਸਗੋਂ ਰਾਹ 'ਚ ਆਉਂਦੇ ਦੱਸਿਆ ਕਿ ਨਾਲ ਹੀ ਪਿੰਡ ਆ, ਤਾਂ ਮੈਂ ਉਹਨਾਂ ਨੂੰ ਕਾਲ ਕਰੂੰਗਾ, ਅਗਰ ਹੋਏ ਤਾਂ ਮੈਂ ਮਿਲ ਕੇ ਜਾਊਂਗਾ। ਦੱਸ ਦਈਏ ਕਿ ਬੀਤੇ ਦਿਨ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸਕਨਦੀਪ ਸਿੰਘ ਨੇ ਇੱਕ ਆਡੀਓ ਕਲਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਦੇ ਕਹਿਣ 'ਤੇ ਪਾਰਟੀ ਵਲੰਟੀਅਰਸ ਵੱਲੋਂ ਦਾਖਾ ਅਤੇ ਬਾਘਾ ਪੁਰਾਣਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ। ਉੱਧਰ ਭਗਵੰਤ ਮਾਨ ਵੱਲੋਂ ਆਡੀਓ ਕਲਿੱਪ ਸੰਬੰਧੀ ਹਾਲੇ ਤੱਕ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹਰ ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ D5 ਚੈਨਲ ਪੰਜਾਬੀ। ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਸ਼ਤਿਹਾਰ, ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਕਰਾਉਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ। +91 8882 28545 +91 8841 13453